ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜੇਕਰ ਤੁਹਾਡੇ ਘਰ ਵੀ ਹਨ 3ਾਂ ਤਾਂ ਖਾਤੇ ਚ ਆਉਣਗੇ 15000 ਰੁਪਏ ਸੋ ਜਲਦੀ ਦੇਖ ਲਓ ਇਹ ਵੀਡੀਓ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਤੁਹਾਨੂੰ ਇੱਕ ਅਜੇ ਹੀ ਸਕੀਮ ਬਾਰੇ ਦੱਸ ਰਹੇ ਹਾਂ ਜੋ 3ਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਜੀ 3ਾਂ ਪ੍ਰਤੀ ਨਕਾਰਤਮਕ ਸੋਚ ਕਰਨ ਉਹ ਸੇਤ ਸਿੱਖਿਆ ਵਰਗੇ ਮੌਲਿਕ ਅਧਿਕਾਰਾਂ ਤੋਂ ਹਮੇਸ਼ਾ ਵਾਂਝੀਆਂ ਰਹਿੰਦੀਆਂ ਨੇ ਇਸ ਨੂੰ ਖਤਮ ਕਰਦੇ ਉੱਤਰ ਪ੍ਰਦੇਸ਼ ਦੀ ਜੋਗੀ ਸਰਕਾਰ ਨੇ ਅਜਹੀ ਯੋਜਨਾ ਲੈ ਕੇ ਆਂਦੀ ਹੈ ਜਿਸ ਦੇ ਤਹਿਤ ਤਿਆਂ ਨੂੰ ਬਰਾਬਰ ਸੂਬਾ ਸਰਕਾਰ ਦੇ ਵੱਲੋਂ 15000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਸੋ ਇਸ ਦੇ ਲਈ ਉੱਤਰ ਪ੍ਰਦੇਸ਼ ਦੀਆਂ ਲੜਕੀਆਂ ਨੂੰ ਕੰਨਿਆ ਸੋ ਮੰਗਲਾ ਯੋਜਨਾ ਲਿਆਂਦੀ ਗਈ ਹੈ ਜੀ ਇਸ ਸਕੀਮ ਦੇ ਤਹਿਤ 15000 ਰੁਪਏ ਸੂਬਾ ਸਰਕਾਰ ਵੱਲੋਂ ਦਿੱਤੇ ਜਾਣਗੇ ਸਕੀਮ ਦਾ ਲਾਭ ਸਿਰਫ ਸੂਬੇ ਦੀਆਂ ਲੜਕੀਆਂ ਲੈ ਸਕਦੀਆਂ ਨੇ ਸੋ ਜੋਗੀ ਸਰਕਾਰ ਦੀ ਇਸ ਸਕੀਮ ਦਾ 15000 ਰੁਪਏ ਦਾ ਲਾਭ ਮਿਲਦਾ ਹੈ ਤੇ 15000 ਰੁਪਏ ਦੀ ਕੁੱਲ ਰਕਮ 6 ਬਰਾਬਰ ਕਿਸ਼ਤਾਂ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ 15000 ਰੁਪਏ ਕਿਵੇਂ ਮਿਲਣਗੇ ਤੁਹਾਨੂੰ ਦੱਸ ਦਈਏ ਕਿ ਸਰਕਾਰ 15000 ਰੁਪਏ ਤੀਆਂ ਨੂੰ ਕਿਵੇਂ ਦਿੰਦੀ ਇਸ ਨੂੰ 6 ਸ਼੍ਰਾਣੀਆਂ ਵਿੱਚ ਵੰਡਿਆ ਗਿਆ ਹੈ ਬੱਚੀ ਦੇ ਜਨਮ ਤੇ ਪਹਿਲੀ ਕਿਸ਼ਤ 2000 1 ਸਾਲ ਤੱਕ ਦੇ ਪੂਰੇ ਟੀਕਾ ਕਰਨ ਤੇ 1000 ਪਹਿਲੀ ਜਮਾਤ ਵਿੱਚ ਦਾਖਲਾ ਲੈਣ ਤੇ 2000 6ਵੀਂ ਜਮਾਤ ਵਿੱਚ ਦਾਖਲਾ ਲੈਣ ਤੇ ਚੌਥੀ ਕਿਸ਼ਤ 2000 9ਵੀਂ ਜਮਾਤ ਵਿੱਚ ਦਾਖਲਾ ਲੈਣ ਤੇ ਪੰਜਵੀਂ ਕਿਸ਼ਤ 3000 ਤੇ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਵਿੱਚ ਦਾਖਲਾ ਲੈਣ ਤੇ 5000 ਰੁਪਏ ਮਿਲਣਗੇ ਧੰਨਵਾਦ